ਪੰਜਾਬ ਦੇ ਲੋਕਾਂ ਨੂੰ ਵੀ ਉਮੀਦ ਹੈ ਕਿ ਜੇ ਦਿੱਲੀ ਚ ਇਹਨਾਂ ਨੇ ਐਜੂਕੇਸ਼ਨ ਸਰਕਾਰ ਤੇ ਦਬਾਅ ਪਾਉਣ ਚ ਕਾਮਯਾਬ ਰਹਿੰਦੇ ਨੇ। ਦੇਖੋ ਪੁਰਾਣੇ ਸਮੇਂ ਚ ਸਾਨੂੰ ਪਤਾ ਨਹੀਂ ਵੀ ਕੀ ਸਰਕਾਰਾਂ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ। ਹੋ ਸਕਦਾ ਕੋਈ ਭਾਈ ਵਾਲੀ ਵੀ ਹੁੰਦੀ ਹੋਵੇ ਮੰਤਰੀਆਂ। ਸੋ ਜੋ ਵੀ ਐਕਟ ਬਣੇ ਹੋਏ ਆ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਹੋਏ ਆ ਪ੍ਰਾਈਵੇਟ ਸਕੂਲ ਤੇ, ਉਹ ਇਨ ਬਿਨ ਜਿਹੜੇ ਆ ਉਹ ਲਾਗੂ ਹੋਣਗੇ, ਕਿਸੇ ਤਰ੍ਹਾਂ ਜਿਹੜੀ ਰਿਆਇਤ ਆ ਉਹ ਨਹੀਂ ਕੀਤੀ ਜਾਊਗੀ। ਕਾਫੀ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਫੇਸ ਕਰਨੇ ਪਈਆਂ। ਬਾਰਡਰ ਜਿਹੜਾ ਕਾਡਰ ਸੀਗਾ ਜਾਂ ਦੂਜੇ ਕਾਡਰ ਸਿਸਟਮ ਸੀਗਾ, ਕੀ ਤੁਸੀਂ ਇਹਨੂੰ ਆ ਕੇ ਰਿਵਿਊ ਕਰੋਗੇ ਵੀ, ਕਿਉਂਕਿ ਟੀਚਰ ਸਿਖਾਵਾਂ ਰਵੇ ਤਾਂ ਹੀ ਪੜ੍ਹਾਈ। ਦੇਖੋ ਅਸੀਂ ਜੇ ਦੇਖੋ ਕਹਿਣੇ ਆ ਵੀ ਸੁਧਾਰ ਕਰਨਾ ਹੈ, ਤਾਂ ਉਹਦੇ ਵਿੱਚ ਮੇਰੇ ਨਾਲ ਵੱਡਾ ਯੋਗਦਾਨ ਤਾਂ ਦੇਖੋ ਟੀਚਰਸ ਦਾ ਹੀ ਹੈ, ਅਤੇ ਟੀਚਰ ਤਾਂ ਹੀ ਕੰਮ ਕਰਨਗੇ ਜੇ ਖੁਸ਼ ਹੋਣਗੇ। ਅਸੀਂ ਸਾਰੇ ਪੰਜਾਬ ਦੇ ਟੀਚਰਾਂ ਨੂੰ, ਕਿਉਂਕਿ ਦੇਖੋ ਬੱਚੇ ਹੀ ਸਾਡੇ ਸੂਬੇ ਦਾ ਐਸੈਟ ਨੇ, ਬੱਚੇ ਹੀ ਸਾਡੀ ਅਸਲੀ ਪ੍ਰੋਪਰਟੀ ਹੈ। ਜੇ ਅਸੀਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ, ਪੈਰਾਂ ਸਿਰ ਖੜ੍ਹਾ ਕਰਨਾ ਚਾਹੁੰਦੇ ਹਾਂ, ਤਾਂ ਉਹ ਉਮੀਦ ਨੇ ਜਾ ਕੇ ਨਹੀਂ ਪੜ੍ਹਾਉਣਾ, ਉਹਨਾਂ ਨੂੰ ਟੀਚਰਸ ਨਹੀਂ ਪੜ੍ਹਾਉਣਾ, ਉਹਨਾਂ ਦੇ ਨਾਲ ਬੈਠਾਂਗੇ, ਜੂਨੀਅਰ ਨਾਲ ਬੈਠਾਂਗੇ, ਜਿਹੜੀਆਂ ਵੀ ਉਹਨਾਂ ਦੀਆਂ ਸਮੱਸਿਆਵਾਂ ਨੇ ਚਾਹੇ ਬਾਰਡਰ ਏਰੀਏ ਦੀਆਂ ਨੇ, ਉਹ ਸਾਰੀਆਂ ਉਹਨਾਂ ਦੇ ਨਾਲ ਬੈਠ ਕੇ ਹੱਲ ਕਰਨ ਦੀ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰਾਂਗੇ। ਅਤੇ ਜਿਹੜਾ ਅੱਗੇ ਕੋਈ ਕਰਪਸ਼ਨ ਦੇ ਜਾਂ ਹੋਰ ਐਲੀਗੇਸ਼ਨ ਇੱਦਾਂ ਦੀ ਚਰਚਾਵਾਂ ਐਜੂਕੇਸ਼ਨ ਡਿਪਾਰਟਮੈਂਟ ਚੱਲਦੀਆਂ ਰਹੀਆਂ, ਇਹ ਜੜ ਤੋਂ ਖਤਮ ਕਰ ਦਿਆਂਗੇ, ਇਹ ਵਾਅਦਾ ਹੈ। 1% ਵੀ ਕਿਤੇ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਰਹਿਣ ਨਹੀਂ ਦੇਣਾ। ਠੀਕ ਹੈ।